ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਤੁਸੀਂ ਸਾਡੇ ਪਿਛਲੇ 2-3 ਬਲੌਗ ਦੇਖੇ ਸੀਗੇ ਜਿਹਦੇ ਵਿੱਚ ਅਸੀਂ ਆਪਣੇ ਘਰ ਦੀ ਸਫਾਈ ਕਰ ਰਹੇ ਹਾਂਗੇ ਅਤੇ ਘਰ ਦੀ ਸਫਾਈ ਆਪਣੀ ਸਾਰੀ ਹੋ ਚੁੱਕੀ ਹੈ ਖਤਮ। ਇਦੋਂ ਬਾਅਦ ਘਰ ਨੂੰ ਤਿਆਰ ਵੀ ਕਰਾਂਗੇ, ਦਿਵਾਲੀ 'ਤੇ ਬਲੌਗ ਬਣਾਵਾਂਗੇ ਆਪਾਂ। ਅਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ ਵੀ ਜਦੋਂ ਘਰ ਦੀ ਸਫਾਈ ਖਤਮ ਹੋ ਜਾਂਦੀ ਆ ਅਤੇ ਹੁਣ ਇਦੋਂ ਬਾਅਦ ਮੰਮੀ ਵਰਗੀਆਂ ਆਪਦੇ ਮੂੰਹ ਸਿਰ ਦੀ ਸਜਾਵਟ ਕਰੀ ਜਾਂਦੀਆਂ ਮਨਪ੍ਰੀਤ ਅਤੇ ਮੰਮੀ, ਅਤੇ ਆਪਾਂ ਤੁਹਾਨੂੰ ਦਿਖਾਉਂਦੇ ਹਾਂਗੇ ਵੀ ਉਹ ਆਪਦੇ ਮੂੰਹ ਸਿਰ 'ਤੇ ਕੀ ਲਾ ਰੱਖਿਆ ਗਾ ਅਤੇ ਸਿਰ 'ਤੇ ਕੀ ਲਾਈ ਬੈਠੀਆਂ, ਅਤੇ ਆਪਾਂ ਉਹਨਾਂ ਨੂੰ ਦਿਖਾਉਂਦੇ ਹਾਂਗੇ ਤੁਹਾਨੂੰ ਵੀ ਕੀ ਕਰੀ ਜਾਂਦੀਆਂ। ਉਹਨਾਂ ਨੂੰ ਵੀ ਉਨੀ ਹੀ ਸਜਾਵਟ ਦੀ ਲੋੜ ਹੁੰਦੀ ਆ ਜਿੰਨੀ ਘਰ ਨੂੰ ਸਫਾਈ ਦੀ ਹੈਗੀ। ਲਓ ਜੀ ਇੱਧਰ ਮੰਮੀ ਲਵਾ ਰਹੀ ਹੈਗੀ ਮਹਿੰਦੀ, ਧੌਲੇ ਆ ਚੁੱਕੇ ਆਗੇ ਮੰਮੀ ਦੇ ਸਿਰ 'ਤੇ ਕਿਉਂਕਿ ਉਮਰ 55 ਤੋਂ ਟੱਪ ਚੁੱਕੀ ਹੈ ਇਸਕੀ, 55 ਤੋਂ ਟੱਪ ਚੁੱਕੀ ਹੈ ਇਸਕੀ। ਅਤੇ ਅਭੀ ਤੋਂ ਹਮ ਜਵਾਨ ਹੈ ਮਾਤਾ, ਹੈ ਨਾ, ਤਾਂ ਹੀ ਮਹਿੰਦੀ ਲੱਗਦੀ ਹੈਗੀ। ਬੋ ਵਾਲਾ ਡਾਇਲੋਗ ਹੈ ਜੋ ਹਾਂ ਫਿਲਮਾਂ ਵੀ ਨਹੀਂ ਸੁਣਦੇ ਗੇ। ਅਤੇ ਇਹ ਰੱਖੀ ਹੋਈ ਹੈਗੀ ਮੰਮੀ ਦੀ ਮਹਿੰਦੀ ਲਾਉਣ 'ਤੇ, ਇਹਨੇ ਹਫ਼ਤੇ 'ਚ ਮੰਮੀ ਦੇ 2 ਵਾਰੀ ਮਹਿੰਦੀ ਲਾ ਕੇ ਦੇਣੀ ਹੈਗੀ। ਮੰਮੀ ਨੂੰ 100 ਰੁਪਇਆ ਦੇ ਦਿੰਦੀ ਹੈ, ਹੈ ਨਾ ਮਨਪ੍ਰੀਤ, ਆਈ ਹੈ ਨਾ, ਆਈ ਆ 100 ਰੁਪਇਆ ਮੰਮੀ ਨੂੰ ਦਿੰਦੀ ਹੈਗੀ। ਮੰਮੀ ਤੈਨੂੰ ਕੀ ਫੀਲ ਹੋ ਰਿਹਾ ਮਹਿੰਦੀ ਲਾ ਕੇ? ਮਾੜਾ ਸੁੰਦਰ ਚਿਹਰਾ ਇੱਧਰ ਕਰੋਗੇ ਤੇ ਕੀ ਫੀਲ ਹੋ ਰਿਹਾ ਤੈਨੂੰ ਮਹਿੰਦੀ ਲਾ ਕੇ? ਬਾਲਾ ਵਧੀਆ ਲੱਗਦਾ। ਜਾਣਾ ਜੂਣਾ ਕਿਤੇ ਕਿ ਬਸ ਵੈਸੀ ਮੁਰੰਮਤ ਹੋ ਰਹੀ ਆ? ਦਿਵਾਲੀ ਆ ਗਈ। ਅੱਛਾ ਵੀ ਸਿਰ ਦੀ ਸਫਾਈ ਵੀ ਕਰਤੀ ਨਾਲ ਹੀ, ਲਾਤੇ ਜਾਲੇ ਜੂਲੇ, ਚੱਕਤੇ ਫੱਟੇ, ਲੁਕ ਗਏ ਸਾਰੇ, ਠੀਕ ਆ। ਲਓ ਜੀ ਇੱਧਰ ਤਿਆਰੀਆਂ ਹੋ ਰਹੀਆਂ ਨੇ, ਸੀਸਾ ਤਾਂ ਡਾਇਨਿੰਗ ਟੇਬਲ ਦੀ ਰੱਖ ਲਿਆ ਉਸਤਾਦ, ਸਰਾ ਹੀ ਪਿਆ ਤੇਰਾ, ਇਹ ਕੀ ਚੱਕਰ ਆ ਵੀ? ਹੈਂ ਉਹੀ ਬਸ ਦਾ ਕੀ ਮਤਲਬ ਆ? ਕਿੱਥੋਂ ਲਾ ਕੇ ਲੈ ਕੇ ਆਈਆਂ ਇਹਨੂੰ? ਅੱਛਾ ਹੁਣ ਇੱਥੋਂ ਬਦਲਤਾ ਡਿਜ਼ਾਇਨਿੰਗ ਇਹਦੀ ਪਾਸੇ ਕਰਤੀ, ਹੈ ਨਾ। ਇਹ ਵੀ ਆਪਾਂ ਦਿਖਾਵਾਂਗੇ ਦਿਵਾਲੀ ਦੇ ਨਾਲੇ ਬਲੌਗ 'ਚ ਵੀ, ਇਹ ਸ਼ੀਸਾ ਜੀ ਕਿੱਥੇ ਲਾਵਾਂਗੇ, ਹੈ ਨਾ। ਹੁਣ ਤੂੰ ਕੀ ਲਾ ਰਹੀ ਆ ਮੂੰਹ 'ਤੇ? ਮੁਲਤਾਨੀ ਮਿੱਟੀ ਲਾ ਰਹੀ ਆ। ਇਹ ਕਾਹਦੀ ਖਾਤਰ ਲਾਉਂਦੀਆਂ ਹੁੰਦੀਆਂ ਕੁੜੀਆਂ ਵੀ? ਪਤਾ ਨਹੀਂ, ਤੈਨੂੰ ਪਤਾ ਹੀ ਹੋਊ ਫਿਰ ਲਾਉਣੀ ਆ ਤੂੰ। ਚੱਲ ਦੇਖਦੇ ਕਿਵੇਂ ਲਾਉਣੀ, ਚੱਲ ਲਾ ਦੇਖਦੇ ਆਪਾਂ ਕਿਵੇਂ ਲਾਉਣੀ ਆ ਫਿਰ ਤੂੰ। ਅੱਛਾ ਵੀ ਹੁਣ ਤੂੰ ਘਰ ਦੀ ਸਫਾਈ ਕਰਤੀ ਤਾਂ ਕਰਕੇ ਫਿਰ ਹੁਣ ਤੇਰੇ ਮੂੰਹ ਤੇ ਡਸਟ ਜੰਮ ਗਈ, ਹੈ ਨਾ। ਉਹ ਬਾ ਮਤਲਬ ਕਿ ਜੰਮ ਗਿਆ ਤੇਰੇ ਮੂੰਹ ਤੇ, ਠੀਕ ਆ। ਅੱਛਾ ਵੀ ਤਾਂ ਕਰਕੇ ਹੁਣ ਮੁਲਤਾਨੀ ਮਿੱਟੀ ਲਾ ਰਹੀ ਹੈਗੀ, ਠੀਕ ਆ। ਅੱਜ ਮੂੰਹ ਤੋਂ ਮਤਲਬ ਕਿ ਲਹੂਗੀ ਤੇਰੇ, ਉਹ ਕਾਲਸਲ ਹੋਗੀ ਜਿੰਨੀ ਜੰਮੀ ਵੀ ਆ, ਸਰਦਾ ਨੀ ਲਾਏ ਬਿਨਾ ਫਿਰ ਜਮਾ ਨੀ ਸਰਦਾ? ਕਿੰਨੇ ਹਫ਼ਤੇ ਚ ਕਿੰਨੇ ਵਾਰੀ ਲਾਉਣੀ ਹੁੰਦੀ ਆ? ਹੈਂ ਬੀਜੀ ਵਾਲੀ ਰਹਿੰਦੀ ਹੈਗੀ ਤੇ ਚੱਲ ਫਿਰ ਹੁਣ ਵੀ ਤੂੰ ਬਿਜੀ ਹੋ ਜਾ ਮੁਲਤਾਨੀ ਮਿੱਟੀ ਲਾਉਣ ਚ। ਤੇ ਲਓ ਜੀ ਫਿਰ ਆਪਾਂ ਤੁਹਾਨੂੰ ਹੁਣ ਲੈ ਕੇ ਚੱਲਦੇ ਹਾਂ ਮੰਮੀ ਵੱਲ, ਤੇ ਉਹ ਵੀ ਦੇਖਦੇ ਹਾਂ ਆਪਾਂ ਮੰਮੀ ਕੀ ਕਰ ਰਹੀ ਹੈਗੀ। ਲਓ ਜੀ ਮੁਲਤਾਨੀ ਮਿੱਟੀ ਮੂੰਹ ਤੇ ਲਾਉਣ ਤੋਂ ਬਾਅਦ ਤੇ ਝਾਕੀ ਇੱਧਰ ਨੂੰ ਉਸਤਾਦ, ਤੇ ਮੈਨੂੰ ਤਾਂ ਕੋਈ ਇਹਦੇ ਮੂੰਹ ਤੇ ਅਸਰ ਦਿਸਿਆ ਨਹੀਂ ਗਾ, 20-25 ਮਿੰਟ ਨੇ ਬੇਫਾਲਤੂ ਖਰਾਬ ਕਰਿਆ। ਤੇ ਹੁਣ ਕੀ ਕਰ ਰਹੀ ਆ ਤੂੰ? ਨਹਾਂ ਦੀ ਸਫਾਈ ਹੋ ਰਹੀ ਹੈਗੀ। ਦੇਖੋ ਜਿਵੇਂ ਆਪਾਂ ਮੱਝਾਂ ਦੇ ਨਹੁੰ ਲਾਉਣੇ ਹੁੰਦੇ ਆ, ਇਹ ਉਵੇਂ ਨਹੁੰ ਲਾਉਂਦੀਆਂ ਹੈਗੀਆਂ, ਤੇ ਆਪਾਂ ਕਿਤੇ ਬੰਦਿਆਂ ਨੇ ਨਹੁੰ ਲਾਹੇ ਨਹੀਂ ਗੇ। ਗੱਲ ਇਹ ਨੋਟ ਕਰਨ ਵਾਲੀ ਹੈ, ਸਭ ਤੋਂ ਵੱਧ ਨਖਰੇ ਕਰਦੀਆਂ ਕੁੜੀਆਂ, ਹੈ ਨਾ, ਆਈਆਂ ਨਾ, ਨਾ ਨਾ ਆਪਣੇ ਤਾਂ ਨਹੁੰ ਹੈ ਨਹੀਂ ਗੇ, ਆਪਣੇ ਤਾਂ ਨਵੀਂ ਹੈ ਨਹੀਂ। ਆਪਾਂ ਤਾਂ ਵੈਸੇ ਨਹੁੰ ਕੱਟ ਕੇ ਨੋਰਮਲ ਪਾਸੇ ਅੜ ਜਾਣਾ, ਤੁਸੀਂ ਜਿਹੜਾ ਉੱਤੇ ਬੁਰਸ ਮਾਰਦੀ ਹੋ ਨਾ, ਐਂ ਲੱਗਦਾ ਮੈਂ ਮੱਝਾਂ ਦੇ ਨਹੁੰ ਲਹਾ ਕੇ ਨਹੀਂ ਉੱਤੋਂ ਕਰਦੇ ਹੁੰਦੇ ਹੈਗੇ। ਦੇਖੋ ਕੀ ਕਰ ਰਹੀਆਂ ਹੈਗੀਆਂ ਇਹ ਲੜਕੀਆਂ, ਐਂ ਕਰਦੀਆਂ ਬਾਬਿਓ ਸਾਰੀਆਂ, ਤੁਸੀਂ ਦੇਖ ਸਕਦੇ ਹੋ ਕਿ ਤਾਂ ਹੀ ਇਹ ਬਿਊਟੀ ਪਾਰਲਰਾਂ 'ਚ ਜਾ ਕੇ 7-7 ਹਜ਼ਾਰ ਰੁਪਇਆ ਦਿੰਦੀਆਂ, ਇਹ ਨਹੁੰ ਇਹੋ ਜਿਹਾ ਕੁਛ ਕਰਾਉਣ ਦੀ ਦਿੰਦੀਆਂ, ਹੈ ਨਾ, ਆਹੀ ਹੁੰਦਾ ਨਾ ਇਹ। ਪਰ ਨਹੁੰ ਐਂ ਕਰਕੇ ਕੀ ਬਣ ਜੂਗੀਆਂ ਦੱਸੋ, ਤੁਹਾਡੇ ਕਿਹੜਾ ਖੁਰੀਆਂ ਲੱਗੀਆਂ ਹੋਈਆਂ ਵੀ ਤੁਸੀਂ ਇਹਨਾਂ ਨੂੰ ਇੰਨੇ ਵੜਦੀਆਂ ਹੋਗੀਆਂ? ਵਧੀਆ ਲੱਗਦੇ ਆ, ਵਧੀਆ ਲੱਗਦੇ ਆ, ਵਧੀਆ ਤਾਂ ਸਾਨੂੰ ਵੀ ਸਾਡੇ ਲੱਗਦੇ ਜਿਹੜੇ ਪੱਚਰੇ ਨਾਲ ਹੀ ਕੱਟ ਲੈਂਦੇ ਆ ਅਸੀਂ। ਖੁਰਦਰਿਆਂ ਨੂੰ ਕਿਹੜਾ ਦੱਸ ਤੂੰ, ਢਾਂਗ ਤੇ ਚੜਨਾ ਹੈਗਾ ਵੀ ਬੋਰੀਆਂ ਤੇ ਚੜਨਾ, ਸੇਪ ਨੂੰ ਫਿਰ ਗਾਹਾਂ ਦੀ ਗਿੱਚੀ ਹੈ ਵੀ ਉਸ ਤਰ੍ਹਾਂ ਲਵਾ ਕੇ 20 ਸੇਪ ਬਣਾ ਲਏਗੀ ਤੂੰ ਇਹਦੇ ਤੇ, ਬੇਫਾਲਤੂ ਟਾਈਮ ਖਰਾਬ ਕਰਿਆ, ਕੋਈ ਫਾਇਦਾ ਇਹਦੇ ਤੇ ਦੱਸ? ਕੋਈ ਫਾਲਤੂ ਟਾਈਮ ਨਹੀਂ ਖਰਾਬ ਕਰਿਆ, ਨਹੁੰ ਸਾਫ਼ ਕਰਕੇ ਉਹਨਾਂ ਨੂੰ ਸੇਪ ਦੇ ਰਹੀ ਹਾਂ ਮੈਂ, ਸੇਪ ਦੇ ਰਹੀ ਹਾਂਗੇ, ਬੇਫਾਲਤੂ ਬਾਬੇ ਉਹ ਟਾਈਮ ਖਰਾਬ ਹੋ ਰਿਹਾ ਹੈਗਾ ਇਹਨਾਂ ਨੂੰ, ਜਮਾ ਵੀ ਨਹੁੰ ਕੱਟਣੀਆਂ ਨਾ ਲਿਆ ਕੇ ਦੋ, ਚੁੱਪ ਕਰਕੇ ਘਰੇ ਕੈਂਚੀਆਂ ਰੱਖੋ ਜਿਹਦੇ ਨਾਲ ਇਹ ਨਹੁੰ ਕੱਟ ਸਕਣ, ਬਸ ਕੁਛ ਵੀ ਨਾ ਬਾਬਿਓ ਇਹਨਾਂ ਨੂੰ ਲਿਆ ਕੇ ਦੋ, ਸਿਰਫ ਇਕੱਲੀ ਕੈਂਚੀ, ਬਸ ਇੱਕ ਪੱਚਰਾ, ਜਾਂ ਤਾਂ ਪੱਚਰੇ ਨਾਲ ਜਿਵੇਂ ਪੁਰਾਣੇ
ਬਜ਼ੁਰਗ ਕੱਟਦੇ ਹੁੰਦੇ ਸੀ ਉਵੇਂ ਕੱਟਿਆ ਕਰਨ ਜਾਂ ਕੈਂਚੀ ਨਾਲ ਕੱਪੜੇ ਨੂੰ ਕੱਟ ਲਿਆ ਕਰਨ, ਇਹ ਜਾਣ ਕੇ ਟਾਈਮ ਉਦੋਂ ਖਰਾਬ ਕਰਦੀਆਂ ਜਦੋਂ ਇਹਨਾਂ ਨੂੰ ਕੋਈ ਕੰਮ ਹੁੰਦਾ। ਕੈਂਚੀ ਨਾਲ ਕੱਟਦੇ ਆ ਸਾਰੇ, ਪਹਿਲਾਂ ਸਭ ਬਜ਼ੁਰਗ ਕੈਂਚੀ ਨਾਲ ਕੱਟਦੇ ਸੀ, ਅਸੀਂ ਵੀ ਕੈਂਚੀ ਨਾਲ ਕੱਟਦੇ ਰਹੇ ਹਾਂ। ਫੋਨ ਤਾਂ ਕਿੱਥੇ ਚੱਕਿਆ, ਫੋਨ ਤਾਂ ਹੈ ਹੀ ਨੀ ਸਾਡੇ ਕੋਲੇ, ਇਹ ਤਾਂ ਤੇਰਾ ਫੋਨ ਆ, ਮੇਰੇ ਕੋਲੇ ਫੋਨ ਕਿੱਥੇ ਆ, ਮੇਰੇ ਕੋਲ ਤਾਂ ਬਾਬੇ ਰੈਡਮੀ ਦਾ ਫੋਨ ਹੈਗਾ, ਬਲੌਗ ਬਣਾਉਣ ਵੇਲੇ ਤੂੰ ਮੈਨੂੰ ਦੇ ਦਿੰਦੀ ਆ ਇਹ ਫੋਨ, ਆਪ ਚੱਕ ਲੈਂਦੀ ਆ, ਮੇਰੇ ਕੋਲੇ ਰੈਡਮੀ ਦਾ ਫੋਨ ਹੈਗਾ। ਮੇਰੇ ਕੋਲੇ ਤਾਂ ਹੈ ਨੀ ਫੋਨ, ਮੈਂ ਭਗਤ ਬੰਦਾ ਸਾਧ ਬੰਦਾ, ਇਹ ਫੋਨ ਤਾਂ ਮੰਮੀ ਦਾ ਹੈਗਾ। ਤੇ ਲਓ ਜੀ ਤੁਸੀਂ ਦੇਖ ਸਕਦੇ ਹੋ ਇਹ ਕਿੰਨਾ ਟਾਈਮ ਖਰਾਬ ਕਰ ਰਹੀਆਂ, ਇਹਨਾਂ ਤੋਂ ਬਚੋ, ਇਹਨਾਂ ਨੂੰ ਸਮਾਨ ਬਿਲਕੁਲ ਨਾ ਲਿਆ ਕੇ ਦਿਓ, ਅੱਜ ਤੋਂ ਬਾਅਦ ਤੇਰਾ ਸਮਾਨ ਬੰਦ, ਬਸ ਬਸ ਆਪਾਂ ਸਮਾਨ ਕਹਿੰਦਾ ਬੰਦ, ਇਹ ਤੋਂ ਬਾਅਦ ਹੋਊਗੀ ਆਪਣੀ ਲੜਾਈ, ਬਸ ਸਮਾਨ ਬੰਦ, ਬਸ ਇਹਨਾਂ ਦਾ ਸਮਾਨ ਬੰਦ ਆ ਜੀ, ਕੋਈ ਵੀ ਮੇਰਾ ਵੀਰ ਭਾਈ ਇਹਨਾਂ ਨੂੰ ਸਮਾਨ ਨਾ ਲਿਆ ਕੇ ਦਿਆ ਕਰੋ, ਬਹੁਤ ਬਾਬੇ ਉਹ ਟਾਈਮ ਦੀ ਬਰਬਾਦੀ ਹੈ ਇਹਦੇ 'ਚ, ਕੋਈ ਤੁਹਾਨੂੰ ਸਮਾਨ ਨਹੀਂ ਲੈ ਕੇ ਆਉਣਾ ਪੈਂਦਾ, ਬਸ ਬਸ ਕੱਟ ਲਾ ਆਪਦੇ ਨਾ, ਬਸ ਤੁਹਾਨੂੰ ਬਣਾ ਦਿੱਤੇ, ਬਸ ਆਪਾਂ ਇਹਦਾ ਸਮਾਨ ਉਸ ਤੋਂ ਲਿਆਉਣਾ ਬੰਦ, ਬਸ ਕੱਟ ਲਾ ਨਵਾਂ ਆਪਦੇ, ਹੁਣ ਲੱਗੀ ਰਹਿ ਕੋਈ ਨਾ ਦੇਖਾਂਗੇ। ਦੱਬਦੇ ਆ ਕਿਤੇ, ਦੱਬਦੇ ਆ ਕਿਤੇ, ਮਾਤਾ ਨੇ ਸਿਰ ਤੇ ਤੌਲੀਆ ਲਿਆ ਦੇਖੋ ਤੁਸੀਂ, ਡੈਡੀ ਨੇ ਵੀ ਆਪਦੇ ਕੂਲਰ ਦੀ ਸਾਫ਼ ਸਫਾਈ ਕਰਤੀ, ਇਹ ਕਹਿੰਦਾ ਵੀ ਜੋ ਤੁਸੀਂ ਮੂੰਹ ਸਿਰ ਦੀ ਸਫਾਈ ਕਰ ਸਕਦੇ ਹੋ ਮੈਂ ਵੀ ਆਪਦੇ ਕੂਲਰ ਦੀ ਸਾਫ਼ ਸਫਾਈ ਕਰਦਾਗਾ, ਦੇਖ ਡੈਡੀ ਦੱਸਦਾ ਹੈਗਾ ਮੰਮੀ ਨੂੰ ਵੀ ਇੱਧਰ ਨੂੰ ਕਰਕੇ ਰੱਖ ਇਹਨੂੰ, ਚਲੋ ਚਲੋ, ਇਹ ਫਿਰ ਕਹਿਣਾ ਮੰਨਣਾ ਪੈਂਦਾ ਹੁੰਦਾ ਨਾ ਘਰਾਂ ਵਾਲੀਆਂ ਨੂੰ, ਆਪਦੇ ਘਰਾਂ ਵਾਲੇ ਦਾ, ਬਸ ਤੇਰਾ ਕੰਮ ਨਿਬੜ ਗਿਆ ਹੁਣ ਤੂੰ ਜਾ ਸਕਦਾ ਗਾ, ਤੈਨੂੰ ਕਹਿਤਾ ਮੰਮੀ ਨੇ ਵੀ ਜਾ ਤੇਰੀ ਡਿਊਟੀ ਪੂਰੀ ਹੈਨਾ ਮਾਤਾ, ਪਾਪੇ ਡਿਊਟੀ ਪੂਰੀ, ਹੁਣ ਬਸ ਕੂਲਰ ਦੀ ਸਾਫ਼ ਸਫਾਈ ਕਰਤੀ ਉਹਨੇ, ਤੋਰਤਾ ਵਧੀਆ ਤੋਤਾ, ਠੀਕ ਆ ਅੱਜ ਤਾਂ ਫਿਰ ਸੋਫੀਆ ਬਣਦੀ ਆ ਹੈਨਾ, ਆਪਾਂ ਇੱਕ ਪੈਗ ਬਣਦਾ, ਇੱਕ ਪੈਗ ਹੀ ਬਣਦਾ, ਲਓ ਜੀ ਫਿਰ ਕੂਲਰ ਦੀ ਵੀ ਮੁਰੰਮਤ ਹੋ ਚੁੱਕੀ ਆ, ਕਿ ਸਾਫ਼ ਸਫਾਈ ਹੋ ਚੁੱਕੀ ਆ ਕੂਲਰ ਦੀ, ਉਹਦਾ ਰੰਗ ਰੁੰਗ ਜਿਹਾ ਇਹਦੇ 'ਤੇ ਲਿਆ ਹੀ ਪਿਆ ਗਾ, ਇਹ ਪਰ ਮੰਮੀ ਨੂੰ ਦਾਜ 'ਚ ਮਿਲਿਆ ਸੀ ਹੈ ਨਾ ਮਾਤਾ, ਤਾਂ ਕਰਕੇ ਵੇਚਣਾ ਨਹੀਂ ਫਿਰ ਇਹ, ਆਪਾਂ ਵੇਚਣਾ ਨਹੀਂ ਇਹ, ਠੀਕ ਆ, ਇਹਦੀ ਕੀਮਤ 1 ਕਰੋੜ ਤੋਂ ਵੀਰੇ ਸਟਾਰਟ ਆ ਗਈ, ਜੇ ਕਿਸੇ ਨੇ ਬੋਲੀ ਲਾਉਣੀ ਆ ਤਾਂ ਹੈ ਨਾ ਮਨਪ੍ਰੀਤ, 1 ਕਰੋੜ ਤੋਂ ਬੋਲੀ ਸਟਾਰਟ ਹੈ ਇਹਦੀ, ਅਤੇ ਤੁਸੀਂ ਸਾਨੂੰ ਦੱਸ ਦਿਓ ਜੇ ਕਿਸੇ ਵੀਰ ਭਾਈ ਨੇ ਖਰੀਦਣਾ ਹੋਵੇ ਤਾਂ ਆਪਾਂ ਇਹ ਕੂਲਰ ਤੁਹਾਨੂੰ 1 ਕਰੋੜ ਤੋਂ, ਕਰਮ ਵਾਲਾ ਕੂਲਰ ਹੈ, ਕਿਉਂ ਇਹ ਜਿਹਾ ਕੀ ਆ ਵੀ ਹੈ, ਗਾਉਣਾ ਸਾਰੇ ਇਹਦੇ 'ਚ, ਲਓ ਜੀ ਇਹਦੇ 'ਚ ਵੱਧ ਤੋਂ ਵੱਧ ਗਾਉਣਾ ਕੂਲਰ ਦੇ ਵਿੱਚ, ਅਤੇ ਜੇ ਕਿਸੇ ਨੇ ਲੈਣਾ ਹੋਵੇ ਤਾਂ ਸਾਨੂੰ ਦੱਸ ਸਕਦਾ, ਕੰਟੈਕਟ ਕਰ ਸਕਦਾ ਆਪਣੇ ਨਾਲ, ਲਓ ਵੀ ਬਾਬੇ ਵਾ ਸਾਡਾ ਬੰਦਾ ਆਉਣ ਸਾਰ ਘਰੇ ਵੜ ਜਾਂਦਾ ਗਾ, ਡੇਲੀ ਟੋਫੀ ਲੈਣ ਨੂੰ ਆਉਂਦਾ ਨਹੀਂ ਸਾਡੇ ਕੋਲੇ, ਹੈਨਾ ਓਏ, ਊਂ ਤਾਂ ਆਇਆ ਨਹੀਂ ਸਾਡੇ ਕੋਲੇ ਕਿਤੇ ਤੂੰ, ਊਂ ਤਾਂ ਨਹੀਂ ਆਇਆ ਕਿਤੇ ਸਾਡੇ ਕੋਲੇ, ਓਏ ਕੀ ਲੈਣਾ ਭਰਾ ਦੱਸ ਦੇ, ਚੰਗਾ ਹੈ ਭਰਾ ਦੱਸ ਦੇ ਫਿਰ ਕੀ ਲੈਣਾ, ਦੱਸ ਦੇ ਦੱਸ ਦੇ, ਚੋਕਲੇਟ ਬੋਲ ਪਿਆ ਸਾਡਾ ਬੰਦਾ, ਚੱਲ ਚੱਲ ਗਏ ਫਿਰ ਲੈਣ, ਚੱਲ ਲੈ ਬਾਬੇ ਤੁਹਾਨੂੰ ਦਿਖਾਉਣੇ ਕਿੱਧਰ ਨੂੰ ਜਾਂਦਾ, ਚੱਲ ਕਿੱਥੋਂ ਚੱਕਦਾ ਹੁੰਦਾ ਚੀਜ਼, ਇੱਧਰ ਨੂੰ ਚੱਕਦਾ ਨਾ, ਖੋਲ ਫਿਰ ਇਹਨੂੰ, ਖੋਲ ਲਾ ਖੋਲ ਇਹਨੂੰ, ਕਿਵੇਂ ਖੋਲਦਾ ਹੁੰਦਾ ਫਿਰ, ਅਤੇ ਲਓ ਜੀ ਫਿਰ ਆਪਾਂ ਨੂੰ ਦਿੰਦੇ ਹਾਂ ਖੋਲ ਕੇ, ਚੱਲ ਵੀ, ਅਤੇ ਲਓ ਸਾਡਾ ਬੰਦਾ ਵੜ ਚੁੱਕਾ ਹੈਗਾ ਅੰਦਰ, ਪੱਖਾ ਸੜ ਦੇ ਗਏ, ਆ ਜਾ ਫਿਰ ਪਹਿਲਾਂ ਪੱਖਾ ਸੜ ਦਿੰਦੇ ਹਾਂ, ਲੈ ਵੀ ਪੱਖਾ ਸੜਤਾ, ਚੱਕ ਸੜਤਾ ਪੱਖਾ, ਉਹ ਦੇਖਦਾ ਹਾਂ ਚੱਲ ਪਿਆ, ਲੈ ਵੀ ਪੱਖਾ ਚੱਲ ਪਿਆ, ਹੁਣ ਹੋਰ ਦੱਸ ਕਰ ਦਈਏ ਬੰਦ, ਪੱਖਾ ਬੰਦ ਕਰ ਦਈਏ, ਅਤੇ ਲਓ ਪੱਖਾ ਬੰਦ ਕਰਤਾ, ਹੁਣ ਦੱਸ ਵੀ ਕਿੱਥੋਂ ਚੱਕਦਾ ਹੁੰਦਾ, ਟੋਫੀਆਂ ਕਿੱਥੋਂ ਚੱਕਦਾ ਹੁੰਦਾ ਫਿਰ, ਐਂ ਦੱਸ ਦੇ ਭਰਾ ਟੋਫੀਆਂ ਕਿੱਥੋਂ ਚੱਕਦਾ ਹੁੰਦਾ, ਅਤੇ ਬਾਬਿਓ ਜੇ ਜਿਹੜੇ ਬੰਦੇ ਨੂੰ ਵੀ ਇਹਦੀ ਭਾਸ਼ਾ ਸਮਝ ਆਉਂਦੀ ਹੈਗੀ ਅਤੇ ਉਹਦੇ ਲਈ ਅਸੀਂ ਨਾਮ ਰੱਖਿਆ ਗਾ 10 ਲੱਖ ਦਾ, ਅਤੇ ਉਹ ਸਾਨੂੰ ਬੰਦਾ ਜ਼ਰੂਰ ਦੱਸੇ ਭਰਾ, ਬੋਲ ਕੇ ਦਿਖਾ ਫਿਰ, ਜੇ ਮੈਂ ਅੱਗੇ ਬੋਲਿਆ ਸੀ ਬੋਲਦੇ, ਦੱਸ ਦੇ ਜਿਵੇਂ ਅੱਗੇ ਬੋਲਿਆ ਸੀ ਉਹ ਦੱਸ ਦੇ, ਹੈ ਓਏ ਦੱਸ ਦੇ ਫਿਰ, ਚੰਗਾ ਜਾ ਚੱਲ ਗਏ ਫਿਰ, ਆ ਜਾ ਆ ਜਾ, ਆ ਲਓ ਜੀ ਇਹਨੇ ਫੇਰ ਬੋਲਤਾ, ਜਿਹੜਾ ਬੰਦਾ ਸਾਨੂੰ ਇਹਦੀ ਭਾਸ਼ਾ ਸਮਝ ਕੇ ਦੱਸੂਗਾ ਉਹ ਬੰਦੇ ਨੂੰ 10 ਲੱਖ ਰੁਪਏ ਦਾ ਨਾਮ ਆ, ਅਤੇ ਉਹ ਸਾਨੂੰ ਜ਼ਰੂਰ ਦੱਸਿਓ, ਅਤੇ ਫਿਰ ਅਸੀਂ ਨੈਕਸਟ ਬਲੌਗ ਦੇ ਵਿੱਚ ਦੱਸਾਂਗੇ ਵੀ ਕਿਹੜੇ ਬੰਦੇ ਨੇ ਸਾਨੂੰ ਇਹਦੀ ਭਾਸ਼ਾ ਸਮਝ ਕੇ ਦੱਸੀ ਹੈਗੀ, ਅਤੇ ਫਿਰ ਉਹਨੂੰ ਅਸੀਂ
नाम का विजेता समझा जाऊगा तो नाम घोषित किया जाऊगा है ना उस्ताद ओके।